ਵੈਲਕਮ ਟੂ ਪੋਡਕਾਸਟ ਨੰਬਰ 1 ਤੇ ਲੋ ਵੀ ਮਿੱਤਰੋ ਕੀ ਹਾਲ ਚਾਲ ਅੱਜ ਸਾਰਿਆਂ ਦਾ ਤੇ ਬਾਕੀ ਅੱਜ ਆਪਣੇ ਨਾਲ ਹੈਗੇ ਆਪਣੇ ਪਹਿਲਾਂ ਆਪਣੇ ਸਰ ਵੀ ਰਹੇ ਆ ਤੇ ਆਪਣੇ ਭਰਾ ਵੀ ਹਨ ਤੇ ਤਾਂ ਅਸੀਂ ਜਿਹੜਾ ਬਣਾਉਂਦੇ ਰਹੇ ਸਾਨੂੰ ਸਰ ਭਰਾ ਕੰਮ ਸਰ ਹਨਾ ਦੋਵੇਂ ਕੰਮ ਭਰਾ ਕੰਮ ਸਰ ਤੇ ਆ ਕੰਮ ਟੀਚਰ ਵੀ ਸੀਗੇ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਬੈਠੇ ਆ ਤੇ ਮਤਲਬ ਪੋਡਕਾਸਟ ਹੀ ਕਰਾਂਗੇ ਆਪਾਂ ਕਹਾਂ ਦਾ ਪੋਡਕਾਸਟ ਨੰਬਰ 1 ਤੇ ਫਿਰ ਅਸੀਂ ਹੌਲੀ ਹੌਲੀ ਨਾਲ ਸਿੱਖ ਦੇ ਵੀ ਜਾਵਾਂਗੇ ਵੀ ਕਿੱਦਾਂ ਪੋਡਕਾਸਟ ਕਰੀਦੇ ਆ ਕੀ ਕੰਟੈਂਟ ਹੁੰਦਾ ਵਗਦੀ ਗੰਗਾ ਦੇ ਵਿੱਚ ਵੀ ਅਸੀਂ ਹੱਥ ਧੋਣ ਜਾ ਰਹੇ ਆ ਫਸਟ ਟ੍ਰਾਈ ਆ ਬਾਕੀ ਕੋਈ ਨਹੀਂ ਹੌਲੀ 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 ਕੁਆਲਿਟੀ ਅਪਗ੍ਰੇਡ ਪਹਿਲੇ ਦੀ ਬਣਾਉਣੇ ਆ ਵੇਣੇ ਆ ਕਿਵੇਂ ਬਣਦਾ ਕੀ ਗੱਲਬਾਤ ਹੁੰਦੀ ਹੈ ਨਾ ਬਾਕੀ ਕੋਈ ਨਹੀਂ ਤੇ ਦੇਖੋ ਤੇ ਬਾਕੀ ਦੱਸਿਓ ਜ਼ਰੂਰ ਜੇ ਕਿਵੇਂ ਲੱਗਾ ਕੋਈ ਗਲਤੀ ਫਲਤੀ ਜਿਵੇਂ ਵੀ ਹੋਈ ਦੱਸਿਓ ਜੀ ਹਨਾ ਕਮੀਆਂ ਸਾਡੇ ਜਿਹੜੇ ਵਿਊਰ ਹੋਣਗੇ ਸਾਨੂੰ ਦੇਖਣ ਵਾਲੇ ਉਹ ਸਾਡੀਆਂ ਕਮੀਆਂ ਦੱਸਦੇ ਹੀ ਰਹਿਣਗੇ ਤੇ ਆਪਾਂ ਉਹਨਾਂ ਨੂੰ ਸੁਧਾਰੀ ਚੱਲਾਂਗੇ ਹਨਾ ਵੀ ਪੋਡਕਾਸਟਿੰਗ ਦਾ ਸਾਨੂੰ ਕੋਈ ਐਕਸਪੀਰੀਅੰਸ ਨਹੀਂਗਾ ਇਹਦੋਂ ਪਹਿਲਾਂ ਵਲੌਗ ਹੀ ਪਾਈਦੇ ਸੀਗੇ ਤੇ ਬਾਕੀ ਕੋਈ ਨਹੀਂ ਸਹੀ ਆ ਦੱਸੇ ਜੀ ਜਿਵੇਂ ਵੀ ਆਪਦਾ ਰਾਇ ਜ਼ਰੂਰ ਦੇ ਕੇ ਜਾਇਓ ਜੀ ਹਨਾ ਜਾਂ ਤੁਸੀਂ ਟੌਪਿਕ ਵੀ ਦੱਸਣਾ ਚਾਹੁੰਦੇ ਹੋ ਵੀ ਹਾਂ ਆਹ ਟੌਪਿਕ ਤੇ ਗੱਲ ਕਰੋ ਉਹ ਵੀ ਦੱਸ ਸਕਦੇ ਆਪਾਂ ਉਹਦੇ ਤੇ ਗੱਲ ਕਰ ਲਾਂਗੇ ਹਨਾ ਕਿਉਂਕਿ ਸਾਨੂੰ ਤਾਂ ਜੇ ਟੌਪਿਕ ਚਾਹੀਦਾ ਕੋਈ ਜਿਹੜਾ ਵੀ ਕਹੋਗੇ ਆਪਾਂ ਉਹਦੇ ਗੱਲ ਕਰ ਲਾਂਗੇ ਤੇ ਬਾਕੀ ਇਹ ਪੋਡਕਾਸਟ ਆਪਾਂ ਥੋੜਾ ਜਿਹਾ ਪਾਰਟਸ ਕੱਢਾਂਗੇ ਤੇ ਫੁੱਲ ਵਰਜ਼ਨ ਆਪਾਂ ਦਾ ਦੇਖਾਂਗੇ ਬਾਅਦ ਚ ਜਿਹੜੇ ਵੀ ਸੁਣਦਾ ਹੈ ਆਪਣਾ ਮਤਲਬ ਜਦੋਂ ਪਾਰਟਸ ਪੂਰੇ ਹੋ ਗਏ ਇਹਦਾ ਫੁੱਲ ਵਰਜ਼ਨ ਕੱਢ ਦਾਂਗੇ ਬਾਕੀ ਕੋਈ ਨਹੀਂ ਅੱਜ ਦਾ ਪੋਡਕਾਸਟ ਆਪਾਂ ਮੈਂ ਕਹਿੰਦਾ ਸਟਾਰਟ ਕਰੀਏ ਹੁਣ ਆਪਾਂ ਤੇ ਬਾਕੀ ਅੱਜ ਆਪਣੇ ਨਾਲ ਆਏ ਨੇ ਆਪਣੇ ਤੈਨੂੰ ਦੱਸਿਆ ਹੀ ਆ ਚਰਨਜੀਤ ਸਿੰਘ ਬਰਾੜ ਤੇ ਇਹ ਆਪਣੇ ਹੁਣ ਚੈਨਲ ਤੇ ਅੱਜ ਪਹਿਲੀ ਵਾਰੀ ਆ ਰਹੇ ਆ ਤੇ ਕਿਉਂਕਿ ਇਹ ਬੰਦੇ ਆਪਣੇ ਥੋੜੇ ਜਾਣ ਪਛਾਣ ਸੀ ਇਹਨਾਂ ਨੂੰ ਵੀ ਠੀਕ ਆ ਤੇ ਆਪਾਂ ਆਖਿਆ ਚੱਲ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਅੱਜ ਤੇ ਮੇਨ ਆਪਣਾ ਫੋਕਸ ਥੋੜਾ ਜਿਹਾ ਇਹਨਾਂ ਨਾਲ ਹੀ ਹੋਊ ਗੱਲਬਾਤ ਦਾ ਤੇ ਇਹਨਾਂ ਤੋਂ ਆਪਾਂ ਪੁੱਛਾਂਗੇ ਥੋੜਾ ਜਿਹਾ ਇਹਨਾਂ ਤੋਂ ਐਕਸਪੀਰੀਅੰਸ ਲਵਾਂਗੇ ਇੱਕ ਸਾਫ ਦਾ ਹਨਾ ਜਿਵੇਂ ਵੀ ਹੋਇਆ ਤੇ ਬਾਕੀ ਕੋਈ ਨਹੀਂ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਆਪਾਂ ਤੇ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਅਨਮੋਲ ਤੇਜਪਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਗੋਡਿਆ ਹੋਰ ਕਿੱਦਾਂ ਚੱਲ ਰਹੀ ਹੈ ਲਾਈਫ ਕੀ ਕਹਿੰਦਾ ਯਾਰ ਤੇਰਾ ਪਰਸ ਕੀ ਮਾਹੌਲ ਹੈ ਤੇਰੇ ਪਰਸ ਦਾ ਮੈਲਬਨ ਚਰਨਜੀਤ ਸਿੰਘ ਮੇਰਾ ਪੂਰਾ ਨਾਂ ਤੇ ਮੈਲਬਨ ਦੇ ਵਿਚ ਆਪਾਂ ਟਿਕੇ ਹੋਏ ਆ ਮੈਲਬਨ ਦੇ ਵੈਸਟ ਏਰੀਆ ਟਰਗਨੀਨਾ ਉੱਥੇ ਟਿਕੇ ਹੋਏ ਆਪਾਂ ਮੌਸਮ ਮੀਂਹ ਦਾ ਹੀ ਹੁਣ ਕੀ ਹਿਸਾਬ ਆ ਇੱਥੇ ਮੌਸਮ ਫਲਕਚੁਏਟ ਕਾਫੀ ਰਹਿੰਦਾ ਮਤਲਬ ਸ਼ਾਮ ਨੂੰ ਮੈਂ ਬਾਹਰ ਗਿਆ 10 ਮਿੰਟ ਪਹਿਲਾਂ ਪੂਰਾ ਮੀਂਹ ਸੀ ਚੰਗੀ ਧੁੱਪ ਲੱਗ ਗਈ ਫਿਰ ਬੱਦਲ ਹੋ ਗਏ ਤੇ ਬਸ ਵੇਰੀਏਸ਼ਨ ਜ਼ਿਆਦੀ ਆ ਮੈਲਬਨ ਦਾ ਮੌਸਮ ਹੈ ਇੱਦਾਂ ਹੀ ਵੈਦਰ ਇਹਦਾ ਤਕਰੀਬਨ ਸਾਰੇ ਆਸਟ੍ਰੇਲੀਆ ਚੋਂ ਇਹਦਾ ਫਰਕ ਹੀ ਆ ਠੰਡ ਚ ਆਈ ਆ ਥੋੜਾ ਜਿਹਾ ਮੀਂਹ ਤਾਂ ਪਤਾ ਹੀ ਨਹੀਂ ਲੱਗਦਾ ਆਸਟ੍ਰੇਲੀਆ ਨੂੰ ਕਾਫੀ ਵਾਈਡ ਆ ਤਾਂ ਕਰਕੇ ਕਾਫੀ ਫਰਕ ਰਹਿੰਦਾ ਹੈਗਾ ਜਿਵੇਂ ਆਪਣੇ ਇੱਥੇ ਇੱਕ ਹੋਰ ਵੀ ਗੱਲ ਆ ਜਿੱਦਾਂ ਹੁਣ ਵੈਦਰ ਮੌਸਮ ਚੇਂਜ ਹੋਣਾ ਜਾਂ ਕਹਿ ਲਈਏ ਜਿੱਦਾਂ ਗਰਮੀਆਂ ਆਉਣੀਆਂ ਇੱਕ ਘੰਟਾ ਇਹਨਾਂ ਨੇ ਵਧਾ ਦੇਣਾ ਟਾਈਮ ਦਾ ਡੇ ਲਾਈਟ ਬਚਾਉਣ ਵਾਸਤੇ ਉਦੋਂ ਹਾਂ ਉਹ ਪਤਾ ਨਹੀਂ ਵੱਧਦਾ ਕਿ ਘਟਦਾ ਕੀ ਕਰਦੇ ਆ ਹਾਂ ਡੇ ਲਾਈਟ ਸੇਵ ਕਰਨ ਵਾਸਤੇ ਵੀ ਕੰਮ ਜ਼ਿਆਦਾ ਕਰਨ ਲਈ ਉਦੋਂ ਫਰਕ ਜਿਹੜਾ 5.5 ਘੰਟੇ ਦਾ ਪੈ ਜਾਣਾ
ਸਿਆਲ ਤੇ ਗਰਮੀਆਂ ਦੇ ਫਰਕ ਨਾਲ ਉਹ ਚੀਜ਼ਾਂ ਕਰ ਦਿੰਦੇ ਆ। ਸਰ ਆਪਣਾ ਜਿਹੜਾ ਹੁਣ ਫਸਟ ਟੌਪਿਕ ਆ ਉਹਦੇ ਤੇ ਆਪਾਂ ਡਿਸਕਸ ਕਰਾਂਗੇ ਕਿ ਜਿਵੇਂ ਤੁਸੀਂ ਹੁਣ ਆਸਟ੍ਰੇਲੀਆ ਆ ਗਏ ਹੋ, ਕਿ ਆਸਟ੍ਰੇਲੀਆ 'ਚ ਕੀ ਆ ਬੜੀ ਜਾਣਕਾਰੀ ਨਹੀਂ ਹੁੰਦੀ ਜੀ, ਉਹਦੇ ਤੇ ਜੋ ਰਿਐਲਿਟੀ ਤੁਹਾਨੂੰ ਪਤਾ ਲੱਗੀ ਉਹਦੇ ਕਿੰਨਾ ਕੁ ਫਰਕ ਸੀਗਾ? ਸ਼ੌਕਿੰਗ ਕੁਝ ਨਹੀਂ, ਸ਼ੌਕਿੰਗ ਤਾਂ ਨਹੀਂ ਆਪਾਂ ਕਹਿ ਸਕਦੇ। ਦੇਖੋ ਗੱਲ ਇੱਦਾਂ ਵੀ ਮੈਂ ਜਦੋਂ ਇੱਥੇ ਇੰਡੀਆ ਸੀ ਹਨਾ, ਉਦੋਂ ਵੀ ਕਾਫੀ ਮਤਲਬ ਘੁੰਮਿਆ ਫਿਰਿਆ, ਦੇਖਿਆ ਸਾਰੀਆਂ ਚੀਜ਼ਾਂ ਤੇ ਬਾਹਰ ਅੰਦਰ। ਜਿੱਦਾਂ ਮੈਂ ਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਤੇ ਉਦੋਂ ਵੀ ਟੂਰ ਐਂਡ ਟ੍ਰਿਪਸ ਆਊਟ ਆਫ ਪੰਜਾਬ ਸਾਡੇ ਰਹੇ, ਤੇ ਫਿਰ ਮਾਸਟਰ ਡਿਗਰੀ ਲਈ ਮੈਂ ਗਿਆ ਪੰਜਾਬੀ ਯੂਨੀਵਰਸਿਟੀ, ਤੇ ਉੱਥੇ ਵੀ ਸਾਡਾ ਇਹੀ ਮਾਹੌਲ ਸੀਗਾ ਵੀ ਚਲੋ ਟੂਰ ਐਂਡ ਟ੍ਰਿਪ, ਮਤਲਬ ਕਿ ਮੈਂ ਖੁਦ ਹੀ ਆਰਗੇਨਾਈਜ਼ ਕੀਤੇ ਦੋ ਟ੍ਰਿਪ ਦਾ ਯੂਨੀਵਰਸਿਟੀ ਦੇ ਵਿੱਚ ਜਦੋਂ ਪੋਸਟ ਗ੍ਰੈਜੂਏਸ਼ਨ ਲੈਵਲ ਦੇ, ਤੇ ਉਹ ਸਾਰਾ ਐਕਸਪੋਜ਼ਰ ਸੀ ਉੱਥੇ ਵੀ ਕੀ ਮਾਹੌਲ ਆ। ਜਦੋਂ ਮੈਂ ਇੱਥੇ ਲੈਂਡ ਹੋਇਆ ਪਹਿਲੇ ਦਿਨ ਪਿੰਡ ਕ੍ਰੇਜ਼ੀ ਸੀ ਪੂਰਾ, ਵੀ ਜਾਣਾ ਤਾਂ ਬਸ ਵੀ ਫੋਰਨ ਜਾਣਾ ਵੀ ਬਾਹਰ ਜਾਣਾ, ਜਿੱਦਾਂ ਅਨਮੋਲ ਨੇ ਦੱਸਿਆ ਵੀ ਮੈਂ ਪੜ੍ਹਾਉਂਦਾ ਵੀ ਰਿਹਾ ਹਨਾ, ਤੁਹਾਨੂੰ ਦੋਵਾਂ ਨੇ ਵੀ ਪੜ੍ਹਾਉਂਦਾ ਰਿਹਾ ਮਤਲਬ ਉੱਥੇ ਤਾਜ ਦੇ ਵਿੱਚ ਮੈਂ ਜੁਆਇਨ ਕੀਤਾ ਪੜ੍ਹਨ ਤੋਂ ਬਾਅਦ। ਫਿਰ ਉਸ ਤੋਂ ਬਾਅਦ ਮੈਂ ਆਪਣੇ ਫਰੀਦਕੋਟ ਜਿਹੜਾ ਗੁਰੂ ਤੇਗ ਬਹਾਦਰ ਸਕੂਲ ਆ, GTB ਜਿਹਨੂੰ ਕਹਿ ਦਿੰਦੇ ਆ, ਉੱਥੇ ਵੀ ਥੋੜ੍ਹਾ ਚਿਰ ਲਾਇਆ। ਤੇ ਉਹ ਇੱਦਾਂ ਸੀਗਾ ਵੀ ਦੌੜ ਸੀ ਵੀ ਨਹੀਂ ਯਾਰ ਜਾਣਾ ਤਾਂ ਬਾਹਰ ਹੀ ਜਾਣਾ ਹਨਾ। ਇੱਥੇ ਆ ਕੇ ਜਿੱਦਣ ਪਹਿਲਾ ਦਿਨ ਸੀ ਆਪਾਂ ਲੈਂਡ ਹੋਏ ਤੇ ਜਾ ਰਹੇ ਹਾਂ ਘਰੇ, ਸਾਨੂੰ ਜਿਹਦੇ ਕੋਲ ਜਾ ਕੇ ਅਸੀਂ ਟਿਕਣਾ ਸੀ ਪਹਿਲੇ ਦਿਨ, ਤੇ ਉਹ ਮੈਂ ਰੋਡ ਸਾਰੇ ਦੇਖ ਕੇ ਇੱਦਾਂ ਦੇਖ ਰਿਹਾ ਵੀ ਯਾਰ ਇਹ ਹਿਸਾਬ ਕਿੱਦਾਂ ਆਊ ਸਾਰਾ ਇਹਦਾ, ਵੀ ਔਖਾ ਕੰਮ, ਹਾਂ ਵੀ ਔਖਾ ਕੰਮ, ਔਖਾ ਕੰਮ ਹਨਾ ਯਾਰ ਵੀ ਵੀ ਨਹੀਂ ਵੀ ਉਹ ਚੀਜ਼ਾਂ ਨੀ ਹੈਗੀਆਂ ਵੀ। ਕਿਉਂਕਿ ਜਿੱਦਾਂ ਹੁਣ ਚੰਡੀਗੜ੍ਹ ਆਪਾਂ ਜਾਂਦੇ ਹਾਂ, ਜਦੋਂ ਪਹਿਲੀ ਵਾਰੀ ਆਪਾਂ ਚੰਡੀਗੜ੍ਹ ਜਾਂਦੇ ਹਾਂ ਸਾਨੂੰ ਰਾਊਂਡ ਅਬਾਊਟ ਦਾ ਹੀ ਭੁਲੇਖਾ ਰਹਿੰਦਾ, ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਆ ਗਿਆ ਕਿਹੜੀ ਸੜਕ ਆ ਹਨਾ, ਵੀ ਉੱਥੇ ਆਪਾਂ ਗੂਗਲ ਮੈਪ ਦੀ ਵਰਤੋਂ ਕਰਦੇ ਹਾਂ। ਇੱਥੇ ਵੀ 6 ਮਹੀਨੇ ਗੂਗਲ ਮੈਪ ਬਹੁਤ ਆਪਾਂ ਵਰਤਿਆ, ਈਵਨ ਕਿ ਹੁਣ ਵੀ ਜਿਹੜੀ ਜਿਹੜੀ ਨਵੀਂ, ਹਾਂ ਜਿਹੜੀ ਵੀ ਨਵੀਂ ਲੋਕੇਸ਼ਨ ਆ ਸਾਨੂੰ ਤਾਂ ਪਤਾ ਹੀ ਨਹੀਂ। ਹਾਂ ਕੋਈ ਸਵਰਭ ਦਾ ਪਤਾ ਹੋ ਸਕਦਾ, ਸ਼ਹਿਰ ਦਾ ਪਤਾ ਹੋ ਸਕਦਾ, ਪਰ ਜਿਹੜੀ ਪਾਰਟੀਕੁਲਰ ਕੋਈ ਗਲੀ ਆ ਜਾਂ ਘਰ ਆ ਉਹ ਤਾਂ ਫਿਰ ਗੂਗਲ ਮੈਪ ਹੀ ਸਹਾਰਾ ਦਿੰਦਾ ਹਨਾ। ਤੇ ਹੌਲੀ ਹੌਲੀ ਬਸ ਇੱਦਾਂ ਚੱਲਦਾ ਰਿਹਾ। ਪਹਿਲੇ ਸਾਲ ਤਾਂ 6 ਮਹੀਨੇ ਤੱਕ ਤਾਂ ਬੰਦੇ ਦਾ ਕੰਮ ਹੀ ਸਟੇਬਲ ਨਹੀਂ ਹੁੰਦਾ ਇੱਥੇ ਆ ਕੇ, ਤੇ ਹਾਂ ਬਹੁਤ ਕੰਮ ਚੇਂਜ ਕਰਦਾ ਬੰਦਾ, ਮੈਂ ਬਹੁਤ ਕੰਮ ਚੇਂਜ ਕੀਤੇ। ਸਭ ਤੋਂ ਪਹਿਲਾਂ ਕੰਮ ਮੈਂ 2 ਜੁਲਾਈ ਨੂੰ ਲੈਂਡ ਹੋਇਆ, 1 ਨੂੰ ਫਲਾਈਟ ਸੀ, 2 ਨੂੰ ਪਹੁੰਚਿਆ। ਕਿੰਨਾ ਚਿਰ ਹੋ ਗਿਆ ਇਹਨੂੰ, ਕਿਹੜੀ 2 ਨੂੰ ਪਿਛਲੀ ਜੁਲਾਈ ਨੂੰ? ਹਾਂ ਤੁਸੀਂ ਕਿਹੜੇ ਈਅਰ ਦੇ ਵਿੱਚ ਆਏ ਸੀਗੇ? 2022 ਦੇ ਵਿੱਚ, 2022 2022 2022 ਚ 1 ਜੁਲਾਈ ਨੂੰ ਫਲਾਈਟ ਸੀ, 2 ਨੂੰ ਲੈਂਡ ਹੋਇਆ, ਤੇ 3 ਨੂੰ ਮੈਂ ਵਿਹਲਾ ਰਿਹਾ ਕਿਉਂਕਿ ਮੈਨੂੰ ਹੈ ਨਹੀਂ ਸੀਗਾ ਵੀ ਮੈਂ ਆਪਾਂ ਘੁੰਮੀਏ ਫਿਰੀਏ ਹਨਾ ਨਾ ਜਸ। ਹੁਣ 4 ਜੁਲਾਈ ਨੂੰ ਆਈ ਵਾਸ ਔਨ ਜੋਬ ਸਟੇਟ ਵੇ ਹਨਾ, ਸਿੱਧਾ ਹੀ ਕੰਮ ਤੇ ਇੱਥੋਂ ਸੀਗਾ ਮੇਰੇ ਪਿੰਡ ਦਾ ਮੁੰਡਾ, ਉਹ ਕੰਮ ਕਰਦਾ ਹੁੰਦਾ ਸੀਗਾ ਰਿਮੂਵਲਿਸਟ ਦਾ ਕੰਮ ਬਹੁਤ ਕਰਦੇ ਆ ਇੱਥੇ, ਘਰਾਂ ਦੇ ਜਿਹੜੇ ਸਮਾਨ ਮੂਵ ਕਰਦੇ ਹੁੰਦੇ ਆ ਉਹ ਕੰਮ ਬਹੁਤ ਚੱਲਦਾ। ਹਾਂ ਮੈਂ ਐਜ਼ ਅ ਜੋਕੀ ਲੱਗ ਗਿਆ ਉਹਦੇ ਨਾਲ, ਉਹਦੇ ਕੋਲੇ ਲਾਇਸੈਂਸ ਸੀਗਾ ਡਰਾਈਵ ਕਰਦਾ ਸੀ, ਮੈਂ ਉਹਦਾ ਸਾਈਡ ਤੇ ਜਿਹੜਾ ਮੈਂ ਉਹਨੂੰ ਜੋਕੀ ਕਹਿ ਦਿੰਦੇ ਆ। 15 ਦਿਨ ਉਹ ਕੰਮ ਕਰਿਆ, ਉਹਦੇ ਚ ਵੀ ਬਹੁਤ ਤਗੜਾ ਇੰਸੀਡੈਂਟ ਹੋਇਆ, ਆਪਾਂ ਫੇਰ ਕਦੇ ਸ਼ੇਅਰ ਕਰਾਂਗੇ ਨਾ। ਤੇ ਉਹ ਵੀ ਉਹ ਮੇਰੇ ਕੰਮ ਕੰਮ ਛੱਡਣ ਦਾ ਜਿਹੜਾ ਕਾਰਨ ਬਣਿਆ। ਤੇ ਇਹ ਆਪਾਂ
ਘੱਟੋ ਘੱਟ ਵੀ ਜਦੋਂ 4-5 ਪੋਡਕਾਸਟ ਕਰ ਲੈਣਾ ਉਦੋਂ ਇੰਸੀਡੈਂਟ ਸ਼ੇਅਰ ਕਰਾਂਗੇ। ਥੋੜਾ ਜਿਹਾ ਉਹਦੇ ਨਾਲ ਕੀ ਹੋਊਗਾ ਵੀ ਆਹ ਹੌਸਲਾ ਬਣਾ ਜੂਗਾ ਨਾ, ਵੀ ਇੱਕ ਚੀਜ਼ ਹੈਗੀ ਆ ਇਹ, ਆਪਾਂ ਆਪਦੇ ਵਿਊਅਰਸ ਨੂੰ ਵੀ ਜੋੜ ਕੇ ਰੱਖਣਾ ਵੀ ਤੁਸੀਂ ਸਾਨੂੰ ਕੁਐਸਚਨ ਕਰ ਸਕਦੇ ਆ 6ਵੇਂ 7ਵੇਂ ਪੋਡਕਾਸਟ ਦੇ ਵਿੱਚ ਵੀ ਉਹ ਪਹਿਲੇ 15 ਦਿਨਾਂ ਵਾਲਾ ਇੰਸੀਡੈਂਟ ਹਨਾ। ਤੇ ਚਲੋ ਜੀ ਉਹ ਜੋਬ ਤੋਂ ਬਾਅਦ ਉਹਦੇ ਵਿੱਚ ਜੋਬਾਂ ਮੈਨੇ ਆਉਂਦੀਆਂ ਸੀ, ਆਰਲੀ ਆਰਲੀ ਕੰਮ ਸੀਗਾ ਉਹ। ਮੈਨੂੰ ਕੰਮ ਸਟਾਰਟਿੰਗ ਚ ਮਿਲਿਆ $25 ਪਰ ਆਰ ਹਨਾ, ਕੈਸ਼ ਪੇ ਤੇ ਜਿਹੜਾ ਨਹੀਂ ਨਹੀਂ ABN ਤੇ, ABN ਤੇ ਠੀਕ ਹੈ। ਤੇ ਜਿਹੜਾ ਮੇਰੇ ਨਾਲ ਸੀਗਾ ਰੋਬਨ ਮੇਰੇ ਪਿੰਡ ਤੋਂ ਹੀ ਮੁੰਡਾ, ਉਹਨੂੰ ਉਹਨੂੰ $27 ਮਿਲਦੇ ਹੁੰਦੇ ਸੀ ਕਿਉਂਕਿ ਉਹ ਡਰਾਈਵ ਕਰਦਾ ਸੀ ਨਾ, ਮਤਲਬ $2 ਉਹਨੂੰ ਵੱਧ ਰੱਖਿਆ ਸੀ ਜੌਕੀ ਨੂੰ 25। ਚਲੋ ਵਧੀਆ ਸੋਹਣਾ ਸੀ, ਚਲੋ ਆਪਾਂ ਤਾਂ ਬਿਜ਼ੀ ਹੋਣਾ ਸੀ ਤੇ ਕਾਫੀ ਕਾਫੀ ਦਾ ਟੇਸਟ ਮੂੰਹ ਨੂੰ ਲਾਇਆ ਹੌਲੀ ਹੌਲੀ ਗਿੱਝੇ ਉਹਦੇ ਤੇ ਵੀ ਕਿੱਦਾਂ ਆ, ਕਿਉਂਕਿ ਚਲੋ ਚਾਹ ਤਾਂ ਜਿਹੜੀ ਆਪਾਂ ਘਰੋਂ ਪੀਣੀ ਪੀਣੀ ਹੈ ਨਾ, ਤੇ ਬਾਹਰ ਅੰਦਰ ਵੀ ਤੁਰਦੇ ਫਿਰਦੇ ਕਾਫੀ, ਕਿਉਂਕਿ ਇੱਥੇ ਨਵੇਂ ਨਵਿਆਂ ਨੂੰ ਕਾਫੀ ਕੌੜੀ ਬਹੁਤ ਲੱਗਦੀ ਆ, ਟੇਸਟ ਨਹੀਂ ਲੱਗਦੀ ਮੁੜ ਕੇ ਤਾਂ ਇਹ ਉਹਦਾ ਵੀ ਇੱਥੇ ਆਉਣ ਸਾਰ ਲੋਕ ਕਾਫੀ ਜੀ ਬੜੀ ਪੀਣ ਲੱਗ ਪੈਂਦੇ ਆਪਣੇ। ਮੈਂ ਵੀ ਹੁਣ ਪੀਣ ਲੱਗ ਪਿਆ, ਅੱਗੇ ਮੈਂ ਨਹੀਂ ਪੀਂਦਾ ਸੀ, ਮੈਂ ਜਦੋਂ ਆਇਆ ਨਾ ਮੈਂ ਕਦੇ ਚਾਹ ਨਾ ਕਾਫੀ, ਹੁਣ ਮੈਂ ਵਾਫਲ ਕਰਦਾ, ਹਾਂ ਮੈਂ ਤੜਕੇ ਜਾ ਕੇ ਪਹਿਲਾਂ ਪੰਪ ਨੂੰ ਨਾਲੇ ਤੇਲ ਪਾਉਣਾ ਨਾਲੇ ਕਾਫੀ ਲੈ ਲੈਣੀ, ਇੱਦਾਂ 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 ਹੀ ਆ। ਸਾਰਿਆਂ ਦਾ ਤੇ ਉਹੀ ਆ ਨਾ ਵੀ ਘਰੇ ਚਾਹ ਵਾਲਾ ਡੱਬਾ ਲਪੇਟਣ ਵਾਲਾ ਬੰਦਾ ਆਉਂਦਾ ਯਾਰ $2 ਦੀ ਫੜ ਲਾਂਗੇ, ਬਾਹਰੋਂ ਕਿੰਨੇ ਤੁਰੇ ਜਾਵਾਂਗੇ, ਉਹ ਪਹਿਲਾਂ ਘਰੇ ਮਿਲ ਜਾਂਦੀ ਵਧੀਆ। ਹਾਂ ਉਹੀ ਪੰਪ ਦਾ ਹਿਸਾਬ ਆ, ਹੁਣ BP ਦੀ $5 ਦੀ ਹੁੰਦੀ ਆ BP ਦੀ ਮਹਿੰਗੀ ਜਿਹੜਾ ਇੱਕ ਮੀਡੀਅਮ, ਵੀ ਸਸਤੀ ਹੈ ਹਾਂ $5। ਤੇ 7-Eleven ਬੈਸਟ ਆ, 7-Eleven ਦੀ $1 ਦਾ ਹੁੰਦਾ ਸੀ ਕੱਪ ਜਿਹੜਾ ਰੈਗੂਲਰ ਪੀਨੇ ਆ, ਹੁਣ 2 ਦਾ ਕਰਤਾ ਉਹਨਾਂ ਨੇ, ਤੇ ਮਤਲਬ ਇਦਾਂ ਚੱਲਦਾ ਰਿਹਾ। ਫਿਰ ਮੈਂ ਜੋਬ ਕਰੀ ਕੰਸਟਰਕਸ਼ਨ ਦੀ, ਤੇ ਉਹਦੇ ਉਹਦੇ ਵਿੱਚ ਮੈਂ ਉਹ ਬਹੁਤ ਹੱਸੋਈ ਨਾਲ ਕੰਮ ਆ ਕੰਸਟਰਕਸ਼ਨ ਵਾਲਾ। ਉਹਦੇ 'ਚ ਕੀ ਹੁੰਦਾ ਸੀ, ਜਿਹੜਾ ਤਾਂ ਆਪਦਾ ਬਿਜ਼ਨਸ ਕਰ ਰਿਹਾ ਸਮਾਲ ਬਿਜ਼ਨਸ ਹੈ ਨਾ, ਵੀ ਆ ਜਿਹੜੇ ਹਾਊਸ ਅਰਾਊਂਡ ਕੰਕਰੀਟ ਪੈਂਦਾ ਹੁੰਦਾ ਨਾ ਜਾਂ ਡਰਾਈਵੇ ਪੈਂਦੇ ਆ, ਉਹ ਕੰਮ ਕਰਦਾ ਸੀ ਮੈਂ। ਉਹ ਮੈਂ ਦੇਖਣਾ ਸਵੇਰੇ ਬੈੱਡ ਤੋਂ ਪਿੱਛੇ ਆਪਣੇ ਵਿੰਡੋ ਵੇਚਦੀ, ਯਾਰ ਵੀ ਮੀਂਹ ਤਾਂ ਨੀ ਪੈ ਰਿਹਾ, ਜੇ ਤਾਂ ਮੀਂਹ ਪੈ ਰਿਹਾ ਸਮਝ ਲਓ ਜੋਬ ਕੈਂਸਲ, ਅੱਜ ਜੋਬ ਨਹੀਂ ਹੈਗੀ। ਤੇ ਜੇ ਜੇ ਇਹ ਲੱਗ ਰਿਹਾ ਵੀ ਸਟੇਬਲ ਆ ਵੈਦਰ, ਚੈੱਕ ਕਰੋ ਫਿਰ ਫੋਨ ਕਰਨਾ ਵੀ ਹਾਂ ਜੋਬ ਹੈਗੀ ਆ ਵੀ ਇੱਥੇ ਆ ਜੀ, ਏਦਾਂ ਚੱਲਦਾ ਰਿਹਾ। ਤੇ ਉਹ ਸਟੇਬਲ ਨਹੀਂ ਸੀ, ਤੇ ਆਪਾਂ ਨੂੰ ਆਇਆਂ ਨੂੰ ਉੱਥੋਂ ਆਪਾਂ ਇਹ ਚੱਕਰ ਲਏ ਹੁੰਦੇ ਯਾਰ ਵੀ ਪੈਸੇ ਕਮਾਉਣੇ ਆ, ਪੈਸੇ ਕਮਾਉਣੇ ਆ ਤੇ ਹਾਂ, ਤੇ ਇਹ ਹੁੰਦਾ ਵੀ ਕਮਾਈ ਹੈ ਵੀ ਆਪਾਂ ਨੂੰ ਤਕਰੀਬਨ ਯਾਰ ਵੀ ਦਿਹਾੜੀ 200-250-300 ਤਾਂ ਆਪਾਂ ਪਾਈ ਹੈ, ਏਦਾਂ ਹੁੰਦਾ। ਤੇ ਫਿਰ ਉਹ ਕੰਮ ਵੀ ਮੈਨੂੰ ਸਟੇਬਲ ਨਾਲ ਲੱਗਿਆ। ਫਿਰ ਮੈਂ ਇੱਕ ਸਵੀਟ ਸ਼ੋਪ ਸੀ ਆਪਣੇ, ਉਹ ਸੀਗੇ ਸਾਊਥ ਇੰਡੀਅਨ ਉਹਨਾਂ ਦੀ ਸ਼ੋਪ ਆ ਇੱਥੇ ਮੈਲਬਨ ਦੇ ਵਿੱਚ, ਉਹਨਾਂ ਨਾਲ ਮੈਂ ਕੰਮ ਕਰਿਆ। ਉਹ ਮੈਨੂੰ ਰਾਤ ਦੀ ਸ਼ਿਫਟ ਕਰਤੀ ਉਹਨਾਂ ਨੇ, ਕਹਿੰਦੇ ਵੀ ਤੂੰ 6-12 ਸ਼ਾਮ ਨੂੰ 6 ਘੰਟੇ ਲਾ ਲਿਆ ਕਰ ਹਨਾ। ਮੈਨੂੰ ਉਹਨਾਂ ਨੇ ਇੱਕ ਉਹ ਮਠਿਆਈ ਬਣਾਉਣੀ ਸਿਖਾਈ, ਉਹ ਸੀਗੀ ਰੋਸਟਡ ਕਲਾਕੰਦ, ਤੇ ਆਪਾਂ ਉਹ ਬਣਾਉਣੀ ਸ਼ੁਰੂ ਕਰਤੀ, ਸਿੱਖਿਆ ਮੈਂ ਤੇ ਉਹ ਸਿੱਖ ਕੇ, ਤੇ ਫਿਰ ਸ਼ਿਫਟ ਮੇਰੀ ਨਾਈਟ ਦੀ ਹੋ ਗਈ ਬਾਕੀ। ਡੇ ਟਾਈਮ ਉਹਨਾਂ ਨੇ ਟ੍ਰੇਨਿੰਗ ਦਿੱਤੀ ਮੈਨੂੰ, ਮੈਂ ਰੈਂਡਮਲੀ ਜਾਂਦਾ ਰਹਿੰਦਾ ਸੀਗਾ, ਉਹ ਆਪਾਂ ਸਟਾਰਟ ਕਰਤਾ ਕੰਮ। ਤੇ 6 ਮਹੀਨੇ ਮੈਂ ਉਹਨਾਂ ਨਾਲ ਵਧੀਆ ਕੰਮ ਕਰਿਆ ਉਹ, ਫਿਰ ਉੱਥੇ ਨਾ ਸੋਰੀ 6 ਦਾ ਜ਼ਿਆਦੇ ਆ, ਤੇ 6 ਮਹੀਨੇ ਕੰਟੀਨਿਊ ਮੈਂ ਨਹੀਂ ਲਾਏ ਹੁਣੇ। 2022 ਦੀ ਦੀਵਾਲੀ ਅਕਤੂਬਰ ਤੱਕ ਮੈਂ ਕੰਮ ਕਰਿਆ, ਤੇ ਉਹ ਵਧੀਆ ਕੰਮ ਰਿਹਾ। ਫਿਰ ਮੈਂ ਉੱਥੇ ਫੁੱਲ ਟਾਈਮ ਵੀ ਕੰਮ ਕਰਿਆ। ਫਿਰ ਆਪਾਂ ਜਿਹੜੀ ਮੇਨ ਖਿੱਚ ਹੁੰਦੀ ਲਾਇਸੈਂਸ ਵਾਲੀ, ਫਿਰ ਪਹਿਲਾਂ ਪਹਿਲਾਂ ਮੈਂ ਬੈਠਾ ਸੀਗਾ
ਇਦੋਂ ਪਹਿਲਾਂ ਮੈਂ ਗੱਲ ਦੱਸਦਾ ਉਸ ਸਵੀਟ ਇੰਡੀਆ ਤੋਂ ਵੀ ਮੈਂ ਲਾਇਸੈਂਸ ਬਣਾਉਣ ਦੀ ਤਾਕ ਚ ਬੈਠਾ ਸੀਗਾ ਉਦੋਂ ਬ੍ਰੈਸਬੇਨ ਬਣਦੇ ਸੀ ਲਾਇਸੈਂਸ ਇੱਦਾਂ ਹੀ ਉਹਦੇ ਬਣ ਜਾਂਦਾ ਸੀ ਐਮਸੀ ਲਾਇਸੈਂਸ ਉਦੋਂ ਇੰਨੀ ਜ਼ਿਆਦਾ ਸਖਤਾਈ ਇੰਡੀਆ ਨਹੀਂ ਬਹੁਤ ਪੁਰਾਣਾ ਹੁਣ ਜਦੋਂ ਤੁਸੀਂ ਗਏ ਸੀ। ਹਾਂ ਇੰਡੀਆ ਹਾਂ ਇੰਡੀਆ ਦਾ ਪਰ ਮੇਰੇ ਕੋਲ ਹੈ ਵੀ ਨਹੀਂ ਹੈਗਾ ਸੀਗਾ, ਇੰਡੀਆ ਦਾ ਹੈਵੀ ਲਾਇਸੈਂਸ ਹੈ ਨਹੀਂ ਸੀ, ਮੈਂ ਕਾਰ ਵਾਲਾ ਹੀ ਸੀ। ਹਾਂ ਇੱਧਰ ਐਚਆਰ ਦਾ ਬਣਾਉਂਦੇ ਜਿਵੇਂ ਹੁਣ ਮੈਂ ਆਇਆ, ਮੈਂ ਤਾਂ ਇੰਨਾ ਮੇਰਾ ਤਾਂ 7-8 ਮਹੀਨੇ ਪੁਰਾਣਾ ਇੰਡੀਆ ਦਾ ਨਵਾਂ ਹੀ ਹਾਂ, ਤੇ ਮੈਨੂੰ 2 ਸਾਲ ਪੁਰਾਣਾ ਚਾਹੀਦਾ ਨਾ ਘੱਟੋ ਘੱਟ। ਸਟੇਟ ਟੂ ਸਟੇਟ ਵੇਰੀ ਕਰਦਾ, ਸਮ ਟਾਈਮ ਕੀ ਹੁੰਦਾ ਵੀ ਉਹਦੇ ਚ ਆਪਾਂ ਨੂੰ ਐਗਜ਼ੈਂਪਸ਼ਨ ਵੀ ਪੈ ਜਾਂਦੀ ਆ। ਤੁਹਾਡੇ ਕਿੰਨਾ ਪੁਰਾਣਾ ਚਾਹੀਦਾ? ਸਾਡੇ ਤਾਂ ਇੱਥੇ ਨਾ ਪਲੇਟ ਦੇ ਦਿੰਦੇ ਆ, ਜਿੱਦਾਂ ਪੀ ਪਲੇਟ 2 ਸਾਲ, ਟਰੱਕ ਤੇ ਵੀ ਦੇ ਦਿੰਦੇ ਆ, ਪ੍ਰੋਬੇਸ਼ਨਰੀ ਕਰ ਦਿੰਦੇ ਆ ਹਨਾ, ਵੀ ਗ੍ਰੀਨ ਪੀ ਫਿਰ ਰੈੱਡ ਪੀ, ਇੱਦਾਂ ਸਿਸਟਮ ਜਾ, ਕਿਉਂਕਿ ਉਹ ਫੁੱਲ ਲਾਇਸੈਂਸ ਵਾਲੇ ਨੂੰ ਤਾਂ ਜਿਹੜੀ ਆ ਨਹੀਂ ਮਿਲਦੀ, ਬਟ ਜਿਹੜਾ ਓਵਰਸੀਸ ਕਨਵਰਟ ਕਰਾਉਂਦਾ ਉਹਨੂੰ ਵੀ ਉਹ ਨਹੀਂ ਦਿੰਦੀ, ਜਿਹੜਾ ਇੱਥੋਂ ਸਟਾਰਟ ਕਰਦਾ ਆ ਉਹਨੂੰ ਕਰਦੇ ਆ, ਕਿ ਜਿਹਦੀ ਉਮਰ ਛੋਟੀ ਆ ਜਾਂ ਕਿੱਦਾਂ ਸ਼ਾਇਦ ਹੈਗਾ ਹਨਾ ਇੱਦਾਂ ਦਾ ਕੁਝ। ਸਾਡੇ ਤਾਂ ਨਾ ਤੇ ਟਰੱਕ ਦਾ ਤਾਂ ਜੇ ਐਚਆਰ ਦਾ ਬਣਾਉਣਾ ਆਪਣਾ 2 ਸਾਲ ਪੁਰਾਣਾ ਚਾਹੀਦਾ ਇੰਡੀਆ ਤੇ ਸਿੱਧਾ ਬਣ ਜਾਂਦਾ ਇੱਥੇ। ਓਕੇ ਐਚਆਰ ਲਈ ਵੀ ਇੱਥੇ ਇੱਦਾਂ ਕਹਿੰਦੇ ਆ। ਓਕੇ ਓਕੇ ਹੈ ਇੱਥੇ ਵੀ ਇੱਦਾਂ ਹੀ ਹੈ, ਇਹ ਵੀ 2 ਸਾਲ ਇੱਦਾਂ ਹੀ ਕਹਿੰਦੇ ਆ, ਬਟ ਉਹਦੇ ਚ ਕੀ ਆ ਕਾਰ ਦਾ ਜਦੋਂ ਲਾਇਸੈਂਸ ਆਪਣੇ ਕੋਲੇ ਹੁੰਦਾ ਤੇ ਉਹਦੀ ਐਗਜ਼ੈਂਪਸ਼ਨ ਪਾ ਦੇ ਵੀ ਆਪਾਂ ਐਚਆਰ ਲਈ, ਐਚਆਰ ਦੀ ਐਗਜ਼ੈਂਪਸ਼ਨ ਪੈ ਜਾਂਦੀ, ਫਿਰ ਸਾਲ ਬਾਅਦ ਉਸ ਤੋਂ ਸੈਮੀ ਬਣ ਜਾਂਦਾ, ਸੈਮੀ ਬਣਨ ਤੋਂ 24 ਘੰਟੇ ਬਾਅਦ ਐਮਸੀ ਲਈ ਐਲੀਜੀਬਲ ਹੋ ਜਾਂਦਾ। ਤੇ ਮੈਨੂੰ ਇਹ ਸੀਗਾ ਕਿ ਮੈਂ ਬ੍ਰੈਸਬੇਨ ਜਾ ਕੇ ਬਣਾ ਕੇ ਲਿਆਉਂਗਾ, ਬਟ ਬ੍ਰੈਸਬੇਨ ਉਹ ਕੰਮ ਬੰਦ ਹੋ ਗਿਆ, ਮਤਲਬ ਉਹ ਸਕੂਲਾਂ ਨੇ ਬੰਦ ਕਰਤੇ ਬਣਾਉਣੇ ਹਨਾ। ਫਿਰ ਮੈਂ ਭੱਜਿਆ, ਮੈਂ ਕਿਹਾ ਨਹੀਂ ਵੀ ਮੈਂ ਹੁਣ ਜਿਹੜਾ 3 ਮਹੀਨੇ ਮੈਂ ਹੋਲਡ ਪਾਇਆ ਹੋਇਆ ਸੀ ਲਾਇਸੈਂਸ ਮੈਲਬਨ ਨਹੀਂ ਬਣਾ ਰਿਹਾ ਸੀ, ਫਿਰ ਮੈਂ ਨਾਲ ਦੀ ਨਾਲ ਹੀ ਸਟੈਪ ਉਹਦੇ ਕਰੇ, ਉਹਦੇ ਸਟੈਪ ਇੱਦਾਂ ਕਰੇ ਵੀ ਮੈਂ ਉਹ ਜਿਹੜਾ ਆਨਲਾਈਨ ਹੁੰਦਾ ਆਪਣਾ ਸਾਰਾ ਕਲੀਅਰ ਕੀਤਾ ਪੋਰਟਲ ਉਹਨਾਂ ਦਾ ਹਨਾ, ਤੇ ਉਹ ਕਰਨ ਤੋਂ ਬਾਅਦ ਫਿਰ ਲਾਇਸੈਂਸ ਵੈਰੀਫਾਈ ਕਰਾਉਣਾ ਸੀ। ਮੈਨੂੰ ਇਹ ਸੀ ਵੀ ਜਿੱਥੇ ਵੀ ਮੈਨੂੰ ਮਿਲਦਾ ਆ ਮੈਂ ਵੈਰੀਫਾਈ ਕਰਾ ਆਉਣਾ, ਇੱਥੋਂ ਇੱਕ ਹੋਰਸ਼ਮ ਪੈ ਜਾਂਦਾ ਕਾਫੀ ਦੂਰ, ਤੇ ਉੱਥੋਂ ਦੀ ਮੈਨੂੰ ਮਿਲੇ ਤੇ ਫਿਰ ਮੈਂ ਸੋਚਿਆ ਯਾਰ ਹੋਰਸ਼ਮ ਦੂਰ ਆ, ਮੈਂ ਕੀ ਕਰਿਆ, ਮੈਂ ਇੱਥੇ ਨਾ ਜਿਹੜਾ ਟਰਾਂਸਪੋਰਟ ਆਫਿਸ ਆ ਉਹਨੂੰ ਵਿਕ ਰੋਡਸ ਕਹਿ ਦਿੰਦੇ ਆ, ਮੈਂ ਉਹਨਾਂ ਕੋਲੇ ਵਿਜਿਟ ਕਰਿਆ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਵੀ ਇੱਦਾਂ ਕਰਕੇ ਮੈਂ ਉਹ ਆਪਦਾ ਲਾਇਸੈਂਸ ਜਿਹੜਾ ਓਵਰਸੀਸ ਆ ਉਹਨੂੰ ਵੈਰੀਫਾਈ ਕਰਾਉਣਾ। ਉਹ ਕਹਿੰਦੇ ਜੀ ਸਾਡੇ ਕੋਲੇ ਸੇਮ ਡੇ ਅੱਜ ਇੱਕ ਕੈਂਸਲ ਹੋਈ ਆ ਅਪੁਆਇੰਟਮੈਂਟ 1 ਵਜੇ ਦੀ, ਤੁਸੀਂ ਜਲੌਂਗ ਜਾ ਸਕਦੇ ਹੋ, ਤਾਂ ਇੱਥੋਂ ਘੰਟੇ ਕੁ ਦੀ ਵਾਟ ਪੈ ਜਾਂਦਾ ਮੈਲਬਨ ਤੋਂ। ਮੈਂ ਉੱਥੋਂ ਮੈਂ ਕਿਹਾ ਵੀ ਜੀ ਗਿਆ, ਤੇ ਮੈਂ ਕਾਰ ਰੈਂਟ ਤੇ ਲਈ ਹੋਈ ਸੀ ਉਦੋਂ ਪਹਿਲੇ 6 ਮਹੀਨੇ, ਤੇ ਚੱਕੀ ਕਾਰ, ਮੈਂ ਉੱਥੇ ਗਿਆ ਵੈਰੀਫਾਈ ਕਰਾਇਆ, ਲਾਇਸੈਂਸ ਵੈਰੀਫਾਈ ਹੋਇਆ, ਮੈਂ ਉਦੋਂ ਹੀ ਉਹਨਾਂ ਨੂੰ ਪੁੱਛਿਆ ਵੈਰੀਫਾਈ ਕਰਾ ਕੇ ਮੈਂ ਐਲੀਜੀਬਲ ਹੋ ਗਿਆ ਟੈਸਟ ਬੁੱਕ ਕਰਨ ਵਾਸਤੇ ਹਨਾ, ਟੈਸਟ ਵਾਸਤੇ, ਤੇ ਉਹ ਮੈਂ ਬੁੱਕ ਕਰਵਾ ਲਿਆ ਬੈਂਡੀਗੋ ਦਾ, ਕਿਤੇ ਜਿਹੜੀ ਜਿੰਨੀ ਅਰਲੀਐਸਟ ਮਿਲ ਰਹੀ ਸੀ ਮੈਂ ਅਰਲੀਅਰ ਉਹ ਲੈ ਲਈ ਹਨਾ, ਤੇ ਬੈਂਡੀਗੋ ਦਾ ਬੁੱਕ ਕਰਾ ਲਿਆ, ਜਿੱਦਣ ਤਰੀਕ ਬੈਂਡੀਗੋ ਦੀ 25 ਮਿਲੀ 2-3 ਦਿਨ ਬਾਅਦ, ਮੈਂ ਉੱਥੋਂ ਚੱਕੀ ਕਾਰ ਉੱਥੇ ਜਾ ਕੇ ਇੱਕ ਹਾਇਰ ਕੀਤਾ ਸਕੂਲ ਵਾਲਾ ਜਿਹਦਾ ਕਾਰ ਹਨਾ, ਉਹ ਟੋਨੀ ਸੀਗਾ ਉਹਦਾ ਨਾਮ ਬੈਂਡੀਗੋ, ਉਹਨੂੰ ਹਾਇਰ ਕਰਿਆ, 2 ਲੈਸਨ ਉਹਨੇ ਮੈਨੂੰ ਦਿੱਤੇ, ਤੇ ਉਹਦੀ ਕਾਰ ਤੇ ਆਪਾਂ ਟੈਸਟ ਦੇਣਾ ਹੁੰਦਾ, ਤੇ ਹਾਂ ਉੱਥੇ ਉੱਥੇ ਹਾਂਜੀ ਉਹਦੇ ਲਾਇਸੈਂਸ ਦੇ ਟਾਈਮ ਤੋਂ ਜਦੋਂ ਮੇਰੀ ਟੈਸਟ ਸੀਗਾ 2 ਘੰਟੇ ਪਹਿਲਾਂ ਮੈਂ ਉੱਥੇ ਪਹੁੰਚ ਕੇ ਉਹਦੇ ਨਾਲ ਟ੍ਰੇਨਿੰਗ ਲੈ ਲਈ ਸਾਰੀ। ਉਹ ਟ੍ਰੇਨਿੰਗ ਕੀ ਕਰਦੇ ਵੀ ਉਹ ਸਾਰਾ ਦੱਸ ਦਿੰਦੇ ਆ, ਮਤਲਬ ਪ੍ਰੈਕਟੀਕਲੀ ਵੀ ਆਹ ਚੀਜ਼ਾਂ ਤੁਹਾਨੂੰ ਆਫਿਸਰ ਪੁੱਛੂਗਾ ਏਦਾਂ ਏਦਾਂ, ਬਾਕੀ ਓਨੇ ਚਿਰ ਤੱਕ ਆਪਾਂ ਨੂੰ ਇੰਡੀਅਨ ਲਾਇਸੈਂਸ ਤੇ 6 ਮਹੀਨੇ ਆਪਾਂ ਡਰਾਈਵ ਕਰ ਹੀ ਸਕਦੇ, ਓਨੇ ਓਨੇ ਚਿਰ ਪਤਾ ਲੱਗ ਜਾਂਦਾ ਵੀ ਗਿਵਵੇ ਕਿੱਥੇ ਆ, ਤੇ ਜਿਹੜਾ ਹੈਗਾ ਲੇਨ ਚੇਂਜ ਕਰਨੀ ਆ, ਇੰਡੀਕੇਟਰ ਬੇਸਿਕ ਹੁੰਦਾ ਉਹਨਾਂ ਦਾ, ਉਹ ਸਾਰਾ ਕੁਝ ਪਹਿਲਾਂ ਥਿਊਰੀ ਦੇ ਵਿੱਚ ਵੀ ਹੁੰਦਾ। ਗੱਡੀ ਦਾ ਬਹੁਤ ਚੀਜ਼ ਹਾਂ ਹਾਂ ਤੇ ਚਲੋ ਉਹ ਹੋ ਗਿਆ ਕਲੀਅਰ, ਉਹ ਕਰਨ ਤੋਂ ਬਾਅਦ ਮੈਂ ਬੈਂਡੀਗੋ ਲਾਇਸੈਂਸ ਬਣ ਗਿਆ, ਨਾਲ ਦੀ ਨਾਲ ਐਗਜ਼ੈਂਪਸ਼ਨ ਪਾਈ ਤੇ ਐਚਆਰ,
ਫਿਰ ਬਸ ਉਸ ਤੋਂ ਬਾਅਦ ਮੈਂ ਟਰੱਕ ਤੇ ਹੀ ਰਿਹਾ, ਸਾਲ HR ਦਾ ਕਰਿਆ, ਤੇ HR ਤੋਂ ਬਾਅਦ ਜਦੋਂ ਸੈਮੀ ਬਣ ਗਿਆ ਫਿਰ ਨਾਲ ਹੀ ਹਾਂ ਸੈਮੀ ਜਿੱਦਾਂ ਸਟਾਰਟ ਐਚਆਰ ਕਰ ਦੇ ਲਿਆ। ਬਣਾਏ ਗੱਡੀ ਗੁੱਡੀ ਤਾਂ ਨਹੀਂ ਬਣਵਾਇਆ ਤੁਸੀਂ ਵੀ? ਨਹੀਂ ਕਾਰ ਦਾ ਤਾਂ ਬੰਨਾ ਹੀ ਬੰਨਾ ਨਾ, ਕਾਰ ਦਾ ਤਾਂ ਉਹ ਤਾਂ ਬੰਨਾ ਹੀ ਜੇ ਬੰਨਾ। ਨਾਣੇ ਕਹਿੰਦੇ ਜੇ ਮੰਨ ਲਓ HR ਦਾ ਬਣ ਗਿਆ ਗੱਡੀ ਤਾਂ ਲੋੜ ਹੀ ਨਹੀਂ, ਸਿੱਧੇ ਹੀ ਗੱਡੀ ਚਲਾ ਸਕਦੇ ਹਾਂ ਆਪਾਂ, ਨੋ ਨੋ, ਪਤਾ ਨਹੀਂ ਜਾਂ ਜੇ ਤੁਹਾਡੇ ਕੋਲ ਕਾਰ ਦਾ ਲਾਇਸੈਂਸ ਪਹਿਲਾਂ ਬਣਨਾ ਸਭ ਤੋਂ ਬੇਸਿਕ ਆ, ਵੀ ਤੁਹਾਡੇ ਕੋਲੇ ਫੁੱਲ ਲਾਇਸੈਂਸ ਹੋਣਾ ਚਾਹੀਦਾ ਕਾਰ ਦਾ, ਉਸ ਤੋਂ ਬਾਅਦ ਅਗਲੇ ਸਟੈਪ ਆ। ਫਿਰ HR ਦਾ ਕਰ ਸਕਦੇ ਹਾਂ ਬਾਈ, ਹਾਂ ਪਰ ਫਿਰ ਇੱਥੇ HR ਦਾ ਜਿਹਨੂੰ ਪਤਾ ਨਹੀਂ ਆਪਾਂ, ਜਗ੍ਹਾ ਸਟੇਟ ਦਾ ਹੋਊਗਾ, ਪਰ ਸਾਡੇ ਮੈਨੂੰ ਤਾਂ ਪਰਥ ਜਾਂਦੇ ਆ ਵੀ ਮੇਰੇ ਨਾਲ ਦੇ ਮੁੰਡੇ ਵੀ ਆਉਂਦੇ, ਕਹਿੰਦੇ ਵੀ ਗੱਡੀ ਦਾ ਬਣਾਉਣ ਦੀ ਲੋੜ ਨਹੀਂ, ਜੇ ਇੰਡੀਆ ਦਾ ਆਪਣਾ 2 ਸਾਲ ਪੁਰਾਣਾ ਸਿੱਧਾ HR ਦਾ ਬਣ ਜਾਂਦਾ। ਓਕੇ, ਤਾਂ ਹੀ ਮੈਂ ਕਹਿੰਦਾ ਨਹੀਂ ਬਾਈ, ਬਟ ਇੰਨੇ ਐ ਨਹੀਂ ਹੋ ਸਕਦਾ, ਹਰ ਸਟੇਟ ਦਾ ਹੋ ਸਕਦਾ ਪਰਥ ਦਾ ਹੋਵੇ, ਬਟ ਚਲੋ ਸਭ ਠੀਕ ਤੋਂ ਪਹਿਲਾਂ ਕਾਰ ਦਾ ਲਾਇਸੈਂਸ, ਹੁਣ ਕਵੀਨਸਲੈਂਡ ਆ ਉਹ ਸਾਰੀ ਉਹ ਸਟੇਟ ਦੇ ਵਿੱਚ ਕੀ ਆ ਵੀ ਉੱਥੇ ਪਹਿਲਾਂ ਕਾਰ ਦਾ ਲਾਇਸੈਂਸ ਆ, ਫੇਰ ਹੈਵੀ ਰੀਜਨ ਜਿਹਨੂੰ ਆਪਾਂ ਪੈਚਰ ਕਹਿ ਦਿੰਦੇ ਆ, ਫੇਰ ਸੈਮੀ, ਸਟੈਪ ਬਾਈ ਸਟੈਪ ਆ ਫਿਰ ਤਾਂ ਇਦਾਂ। ਗਾਂ ਤਾਂ ਉਹ ਜੇ ਚੱਲੀ ਪਈ। ਹਾਂ ਹਾਂ ਫਿਰ ਉਦਾਂ, ਮਤਲਬ ਗੁੱਡ ਜੋਬ ਆ, ਬਹੁਤ ਬਹੁਤ ਵਧੀਆ ਜੋਬ ਆ, ਟਰੱਕ ਦੀ ਵੀ ਵਧੀਆ ਨੋਟ ਬੈਡ। ਹਾਂ ਗੱਲ ਇਹ ਵੀ ਮਨ ਲਾ ਕੇ ਤਾਂ ਜਿੱਥੇ ਜਿਹਨੇ ਕੰਮ ਕਰ ਲਿਆ ਯਾਰ ਉਹ ਵਧੀਆ, ਹੁਣ ਟਰੱਕ ਵਾਲਾ ਬੰਦਾ ਇਹ ਕਹਿੰਦਾ ਨਹੀਂ ਯਾਰ ਟ੍ਰੇਡ ਦਾ ਕੰਮ ਵਧੀਆ, ਵੀ ਬੰਦਾ ਸਾਰਾ ਦਿਨ ਬੱਝਾ ਰਹਿੰਦਾ ਤੇ ਬੈਕ ਦੀ ਪ੍ਰੋਬਲਮ ਕਹਿ ਦਿੰਦੇ ਵੀ ਟਰੱਕ 'ਚ ਆਉਂਦੀ ਆ, ਨੋ ਬਰੀ ਆਉਂਦੀ ਵੀ ਆ ਨਾ, ਕੋਈ ਸ਼ੱਕ ਨਹੀਂ, ਸਾਰਾ ਦਿਨ ਸੀਟ ਨਾਲ ਜੜੇ ਰਹਿਣਾ। ਤੇ ਹਾਂ ਬਾਕੀ ਇਹ ਵੀ ਜੇ ਕੰਮ ਚੰਗਾ ਮਿਲ ਜਾਵੇ ਤੇ ਰੁਪਈਏ 4 ਬਣਦੇ ਹੋਣ ਬੰਦੇ ਨੂੰ ਤੇ ਫਿਰ ਉਹ ਕੰਮ ਤੋਂ ਭੱਜਦਾ ਨੀ, ਤੇ ਜੇ ਟੱਕਰਾਂ ਮਾਰਦਾ ਹੋਵੇ ਫਿਰ ਤਾਂ ਬੰਦੇ ਨੂੰ ਹਰ ਕੰਮ ਹੀ ਥੋੜਾ ਲੱਗਦਾ ਯਾਰ ਵੀ ਨੋਟ ਗੁੱਡ ਆ। ਚਲੋ ਅੱਜ ਦੀ ਫਿਰ ਗੱਲਬਾਤ ਆਪਾਂ ਐਂਡ ਕਰਦੇ ਆ, ਤਾਂ ਵਾਪਸ ਦਾ ਸਾਰਿਆਂ ਦਾ ਜਿੰਨਾਂ ਨੇ ਇੱਥੇ ਤੱਕ ਵੇਖਿਆ, ਤੇ ਬਾਕੀ ਹੁਣ ਆਪਾਂ ਅੱਗੇ ਹੋਰ ਕੱਢਾਂਗੇ ਪੋਡਕਾਸਟ, ਤੇ ਆ ਇੱਥੇ ਤੱਕ ਹੀ ਆਪਣਾ, ਤੇ ਮਿਲਦੇ ਆ ਫਿਰ ਅੱਗੇ, ਤੇ ਧੰਨਵਾਦ ਤੁਹਾਡਾ ਸਾਰਿਆਂ ਦਾ। ਹੋਰ ਹੋਰ ਕੱਢਾਂਗੇ, ਕੱਢਾਂਗੇ ਕੱਢ ਕੇ ਕਿੱਥੋਂ ਨਾ ਰਿਕਾਰਡ ਕਰਾਂਗੇ, ਰਿਕਾਰਡ ਲੋਕਾਂ ਲਈ ਤਾਂ ਕੱਢਣੀ ਆਪਾਂ, ਮਤਲਬ ਆਉਂਦੇ ਰਹਿਣਗੇ ਇਹ ਇਹਦਾ ਇਦਾਂ ਨਾ ਹੋਵੇ ਜਿੱਦਾਂ ਕਹਿੰਦੇ ਹੁੰਦਾ ਵੀ ਹੋਰ ਸੱਪ ਕੱਢਾਂਗੇ, ਤੂੰ ਪੋਡਕਾਸਟ ਕੱਢਣਾ, ਰਿਕਾਰਡ ਕਰਾਂਗੇ ਰਿਕਾਰਡ, ਸਹੀ ਆ, ਜੁੜੇ ਰਹੋ ਤੱਕ ਤੱਕ ਲਈ, ਸਤਿ ਸ੍ਰੀ ਅਕਾਲ, ਲਾਈਕ ਸ਼ੇਅਰ ਸਬਸਕ੍ਰਾਈਬ, ਲਾਈਕ ਸ਼ੇਅਰ ਸਬਸਕ੍ਰਾਈਬ, ਕਮੈਂਟ ਕਰਕੇ ਦੱਸ ਕੇ ਜਾਓ ਕਿਵੇਂ ਲੱਗਾ, ਕਿਵੇਂ ਨਹੀਂ, ਜੇ ਚੰਗਾ ਲੱਗਾ ਕਿਵੇਂ ਤਾਂ ਲੱਗਿਆ, ਮਾੜਾ ਲੱਗਿਆ ਤੇ ਆਡੀਅੰਸ, ਅਸੀਂ ਉਹੋ ਜਿਹਾ ਆਪਦਾ ਹੋਮਵਰਕ ਕਰਕੇ ਵਧੀਆ ਪੋਡਕਾਸਟ ਕਰਾਂਗੇ ਪ੍ਰਪੇਅਰ ਹੋ ਕੇ, ਦੱਸੂਗੀ ਕਰ ਸਕਦੇ, ਮੀਟ ਯੂ ਸੂਨ, ਬਾਏ ਬਾਏ।